ਸਾਰਾ ਇੱਥੇ ਹੈਡਮਰਾ ਦੇ ਲੋਕ ਦਰੇ ਬਣੇ ਨੇ, ਇਸੇ ਤਰ੍ਹਾਂ ਹੀ ਇੱਥੇ ਨਹਿਰ ਦੇ ਉਹਦੇ ਛੋਟਾ ਸਾਰਾ ਪੁੱਲ ਹੈ, ਗਾਉਂ ਗੰਜਿਆਂ ਦੀ ਉਹਦੇ ਕੋਲੋਂ ਆ ਰਿਹਾ। ਉੱਥੇ ਆ ਦਰੇ ਬਣਾਏ ਗਏ ਸੇਮ ਹੈਂਡਰਾ ਦੇ ਰਸੀ। ਦਰੇ ਵੀ ਮਸ਼ੀਨ ਦੇ ਨਾਲ ਚੁੱਕੇ ਜਾਂਦੇ ਨੇ। ਦੇਖ ਸਕਦੇ ਹੋ ਕਿ ਝੱਗ ਦੂਰ ਦੂਰ ਤੱਕ ਨਜ਼ਰ ਆ ਰਹੀ ਹੈ। ਝੱਗ ਇਸ ਤਰ੍ਹਾਂ ਬਣੀ ਹੈ ਕਿ ਜਿਸ ਤਰ੍ਹਾਂ ਇਹਦੇ ਫੁੱਟਬਾਲ ਧੋ ਕੇ ਰਹਾਂ ਜਿਹੜਾ ਪਾਣੀ ਛੱਡਿਆ, ਇਸ ਹੋਲ ਆ ਨਹਿਰ ਦੇ ਉੱਤੇ ਗੰਜੀਆਂ ਲਈ ਪਿੰਡ ਦੇ ਕੋਲ ਹਾਂ। ਉੱਥੋਂ ਪਾਣੀ ਦੇਖੋ ਕਿਸ ਤਰ੍ਹਾਂ ਸਪੀਡ 'ਤੇ ਆ ਰਿਹਾ। ਪਾਣੀ ਵੱਲੋਂ ਵੇਖਦੇ ਜਾਈਏ ਤਾਂ ਪਾਣੀ ਵੱਲ ਚੱਕਰ ਆ ਜਾਂਦੇ ਨੇ। ਪਾਣੀ ਦੀ ਕਸ਼ਿਸ਼ ਇਸ ਤਰ੍ਹਾਂ ਹੈ ਕਿ ਡਰ ਲੱਗਦਾ ਕਿ ਪਾਣੀ ਕਿਤੇ ਖਿੱਚ ਨਾ ਲਏ ਸਾਨੂੰ ਆਪਣੇ ਆਪ। ਝੱਗ ਦਾ ਨਜ਼ਾਰਾ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ, ਇਹਦਾ ਕਿੰਨੀ ਖੂਬਸੂਰਤ ਲੱਗਦੀ ਹੈ। ਵਾਹ ਮਾਸ਼ਾਅੱਲਾ, ਮੌਲਾ ਤੇਰੀ ਕੁਦਰਤ। ਨਹਿਰ ਦੀ ਦੂਸਰੀ ਸਾਈਡ 'ਤੇ ਵੀ ਦੇਖੋ ਹਰਿਆਲੀ, ਮਾਸ਼ਾਅੱਲਾ ਕਿੰਨਾ ਖੂਬਸੂਰਤ ਸੀਨ ਚੱਲ ਰਿਹਾ। ਹੋਰ ਭਾਈ ਆਏ ਨੇ ਦੇਖਣ ਵਾਸਤੇ, ਬਹੁਤ ਪਿਆਰਾ ਨਜ਼ਾਰਾ। ਕੋਈ ਪਿਕਚਰ ਲੈ ਰਿਹਾ, ਕੋਈ ਵੀਡੀਓ ਬਣਾ ਰਿਹਾ, ਕੋਈ ਸੋਚੀ ਪਿਆ ਪਾਣੀ ਕਿੱਥੇ ਜਾ ਰਿਹਾ, ਕੀ ਕਰੇਗਾ। ਦੂਸਰੀ ਸਾਈਡ 'ਤੇ ਆ ਗਏ ਹਾਂ, ਸਾਹਮਣੇ ਪਿੰਡ ਗੰਜਿਆਲੀ ਹੈ, ਜਿਹਦਾ ਕਿ ਜ਼ਿਕਰ ਕਰ ਰਹੇ ਹਾਂ ਤਾਂ ਤੁਹਾਨੂੰ ਹੁਣ ਦਿਖਾ ਰਹੇ ਹਾਂ। ਉਹ ਸਾਹਮਣੇ ਇੱਕ ਮਿੱਲ ਵੀ ਹੈ ਜਿਹਦੇ ਆਲੇ ਦੁਆਲੇ ਇਸ ਟਾਈਮ ਪਾਣੀ ਹੈ।
ਹਰ ਤਰਫ ਪਾਣੀ ਨੇ ਤਬਾਹੀ ਮਚਾਈ ਹੈ, ਤਬਾਹੀ ਹੀ ਤਬਾਹੀ।